ਨਾਜ਼ਰੀਨ ਤਾਂ ਦੱਸੋ ਕਿ ਉਹ ਜੰਗਲ ਸਨੱਥੇ ਗਰੰਡੇ ਵਗੈਰਾ ਨਜ਼ਰ ਇਸ਼ਨੇ ਪਏ ਉਸਨੂੰ। ਇੱਥੋਂ ਅਸਾਂ ਨਿਕਲ ਸਾਂ ਤਾਂ ਉੱਪਰ ਇੱਕ ਸਰਾਰਾ ਗਰਾਊਂਡ ਆ, ਉਹ ਚੀਜ਼ ਅਸਾਂ ਕੋਈ ਡਰੋਨ ਫਲਾਈ ਕਰ ਸਾਂ ਤਾਂ ਉਹ ਵੀ ਨਜ਼ਾਰੇ ਦੱਸੋ ਕਿ ਦੱਸੋ। ਤਾਂ ਉਮੀਦ ਕਰਦੇ ਹਾਂ ਕਿ ਜਿਹੜਾ ਵਲਾਗ ਤੋਂ ਕੀ ਪਸੰਦ ਸੀ। ਤਾਂ ਬੱਲੇ ਬੱਲੇ ਸਾਲਾ ਕਾਫਲਾ ਹੁਣ ਜਾਈ ਰਿਹਾ। ਠੀਕ ਹੈ ਜੀ, ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮ ਵਾਲੇਕਮ ਵੀਵਰ, ਮੈਂ ਸੁਣਾ ਹੋਸਟ ਅਸਦ ਰਾਜਾ, ਦੱਸੋਂ ਤੱਕਣੇ ਪਿਓ ਆਪਣਾ ਅਲਕਾ ਚੈਨਲ ਆਪਣਾ ਸਮਾਲਾ ਟੀਵੀ ਦਾ। ਜੀ ਨਾਜ਼ਰੀਨ, ਅੱਜ ਅਸਾਂ ਸਰਾਰਾ ਗਰਾਊਂਡ ਦੇ ਅੰਦਰ ਮੌਜੂਦ ਹਾਂ। ਤਾਂ ਅੱਜ ਤੁਸੀਂ ਕੀ ਅਸਾਂ ਦੱਸਾਂ ਇਸ ਇਲਾਕੇ ਨੇ ਕੋਈ ਡਰੋਨ ਸ਼ਾਟ, ਤਾਂ ਮਾਸ਼ਾਅੱਲਾ ਜਿਹੜਾ ਵਲਾਗ ਆ ਬੜਾ ਖੂਬਸੂਰਤ ਹੋਣੇ ਲਾ। ਤਾਂ ਜਿੰਨੇ ਵੀ ਸਾਡੇ ਭੈਣਾਂ ਭਰਾ ਇਸ ਵਕਤ ਚੈਨਲ ਪਰ ਨਵੇਂ ਆਏ ਤਾਂ ਪਲੀਜ਼ ਚੈਨਲ ਕੀ ਸਬਸਕ੍ਰਾਈਬ ਕਰੀ ਕਿਨੋ, ਤਾਂ ਬੈਲ ਆਈਕਨ ਦਾ ਨਿਸ਼ਾਨਾ ਉਸਕੀ ਪ੍ਰੈਸ ਕਰੀ ਕਿਨੋ, ਤਾਂ ਕਿ ਇਸ ਲਈ ਲੇਟੈਸਟ ਵੀਡੀਓ ਨੂੰ ਨੋਟੀਫਿਕੇਸ਼ਨ ਤੁਸਾਂ ਤੱਕ ਬਰ ਵਕਤ ਪਹੁੰਚ ਸਕੇ। ਤਾਂ ਅੱਜ ਤੁਸੀਂ ਕੀ ਅਸਾਂ ਸਭ ਤੋਂ ਪਹਿਲਾਂ ਇਲਾਕੇ ਨੇ ਕੋਈ ਡਰੋਨ ਸ਼ਾਟ ਦੱਸਾਂ, ਤਾਂ ਫਿਰ ਤੁਸਾਂ ਨਾਲ ਗੱਪਸ਼ਪ ਹੋਸੀ। ਮਾਸ਼ਾਅੱਲਾ ਜੀ, ਤੁਸੀਂ ਕੋਈ ਡਰੋਨ ਸ਼ਾਟ ਤੱਕੇ ਤਾਂ ਉਮੀਦ ਹੈ ਕਿ ਤੁਹਾਨੂੰ ਕੀ ਪਸੰਦ ਆਇਆ ਸੁਣ। ਤਾਂ ਸਾਡੇ ਨਾਲ ਅੱਜ ਇੱਧਰ ਇੱਕ ਭਾਈ ਔਰ ਅਸਾਮਾ, ਇਹਨਾਂ ਨਾਂ ਅਸਾਮਾ ਨਾਂ ਸੁਣ। ਜੀ ਜੀ, ਮੇਰਾ ਨਾਂ ਅਸਾਮਾ ਹੈ। ਅੱਛਾ, ਇਹਨਾਂ ਨਾਂ ਅਸਾਮਾ, ਤਾਂ ਇਹ ਮੌਜੂਦ ਸੇ ਤਾਂ ਅਸਾਂ ਇਹਨਾਂ ਸਾਹਮਣੇ ਕੋਈ ਡਰੋਨ ਸ਼ਾਟ ਕਿੰਦੇ, ਤਾਂ ਇਹ ਇੱਥੇ ਕੋਈ ਆਪਣਾ ਮਾਲ ਮਵੇਸ਼ੀ ਚਾਰਨੇ ਸੇ, ਤਾਂ ਮੈਂ ਇਹਨਾਂ ਨਾਲ ਵੀ ਕੋਈ ਗੱਪਸ਼ਪ ਹੋ ਜਾਵੇ, ਨਾਲ ਅਸਾਂ ਕੋਈ ਡਰੋਨ ਸ਼ਾਟ ਬਣਾਉਣੇ ਸਾਂ, ਤਾਂ ਇਹ ਭਾਈ ਔਰ ਆਈਏ, ਇਹਨਾਂ ਨਾਲ ਵੀ ਕੋਈ ਕਾਫੀ ਗੱਪਸ਼ਪ ਹੋਈ ਹੈ। ਤਾਂ ਹਾਂਜੀ ਭਾਅ ਜੀ, ਕੈਸੇ ਲੱਗੇ ਸੋ ਕਿ ਆਈ ਡਰੋਨ ਸ਼ਾਟ? ਡਰੋਨ ਸ਼ਾਟ ਬੜੇ ਮਜ਼ੇ ਨੇ ਤੇ ਖੂਬਸੂਰਤ ਹਨ, ਅੱਛੇ। ਉਹ ਦਫਾ ਇਲ ਲੱਗਣੀਆਂ ਬੱਚੀ ਗਈ ਹੈ, ਤਾਂ ਕਿਆ ਸਮਝਨੇ ਹੋ ਕਿ ਇਲ ਕਿਸ ਵਜ੍ਹਾ ਸੀ ਡਰੋਨ ਕੀ ਟੱਕਰ ਨਹੀਂ ਮਾਰੀ? ਮਾੜੇ ਖਿਆਲ ਹੀ ਤਾਂ ਡਰੋਨ ਨਾਲ ਜਿਹੜਾ ਸ਼ੋਰ ਸਾ ਉਹ ਕਾਫੀ ਸਾ, ਜਿਸ ਦੀ ਵਜ੍ਹਾ ਸੀ ਜਿਹੜਾ ਨਾ ਇਲ ਉਸਨੇ ਕਰੀਬ ਦੋ ਦਫਾ ਗਈ ਹੈ। ਲੇਕਿਨ ਇਹ ਗੱਲ ਹੈ ਕਿ ਉਸਕੀ ਟੱਕਰ ਮਾਰਨੀ ਸੀ ਉਸ ਗਰੇਜ਼ ਕੀਤਾ ਆ, ਮੈਂ ਤਾਂ ਇਹ ਮਾਰੀ ਹੈ ਗਈ ਆਈ, ਨਾਲੇ ਚੈੱਕ ਕਰਾਂ ਹਾਂ ਕਿ ਅਗਰ ਡਰੋਨ ਕੀ ਇਲ ਟੱਕਰ ਮਾਰਨੀ ਹੈ ਤਾਂ ਡਰੋਨ ਫਲਿੱਪ ਹੋਣਾ ਜਾਂ ਨਹੀਂ ਹੋਣਾ, ਅਸਾਂ ਇਹ ਵੀ ਚੈੱਕ ਕਰਨੇ ਸੀ। ਠੀਕ ਹੈ, ਲੇਕਿਨ ਇਹ ਗੱਲ ਹੈ ਕਿ ਦੋਨੇ ਕਿਸਮਤ ਚੰਗੀ, ਸਾੜੀ ਵੀ ਤਾਂ ਇਲਾ ਨਹੀਂ ਵੀ, ਨਾ ਉਸ ਟੱਕਰ ਮਾਰੀ ਤਾਂ ਨਾ ਅਸਾਂ ਮਸਲਾ ਉਹ ਜਿਹੜਾ ਹੈ ਫਲਿੱਪ ਵਾਲਾ ਸਿਸਟਮ ਅੱਜ ਤੱਕ ਹੀ ਸਕੇ ਹਾਂ, ਕਿਉਂਕਿ ਡਰੋਨ ਗਿਰੀ ਵੀ ਸਕਣਾ, ਕਿਉਂਕਿ ਡਰੋਨ ਇਹ ਬੜਾ ਮਹਿੰਗਾ ਹੋਣਾ, ਐਕਸਪੈਂਸਿਵ ਹੋਣਾ। ਤਾਂ ਇਸ ਵਜ੍ਹਾ 'ਤੇ ਅਸਾਂ ਚੈੱਕ ਕਰਨੇ ਸੀ, ਇਹ ਬਿਲਕੁਲ ਐਸੀ ਜਗ੍ਹਾ ਪਰ ਸੀ ਕਿ ਜਿੱਥੇ ਅਗਰ ਡਰੋਨ ਕਿ ਉਹ ਟੱਕਰ ਮਾਰਨੀ, ਅਗਰ ਡਰੋਨ ਗਿਰਨਾ ਵੀ ਤਾਂ ਡਰੋਨ ਨੇ ਬਚਣੇ ਦਾ ਚਾਂਸ ਆ। ਤਾਂ ਇਹ ਭਾਈ ਔਰ ਸਹੀ ਤਾਂ ਮਾਲ ਚੜਨੇ, ਤਾਂ ਇਹ ਵੀ ਇੱਧਰ ਆਈਏ, ਇਹ ਵੀ ਇਹ ਮੰਜ਼ਰ ਤੱਕਣੇ ਰਹੇ। ਤਾਂ ਸਕੂਲ ਸ਼ੂਲ ਕਿਸ ਨਾਲ ਪੜ੍ਹੇ ਹੋ? ਸਕੂਲ 10ਵੀਂ ਪਾਸ ਕੀਤੀ ਹੈ। ਅੱਛਾ, ਮਾਸ਼ਾਅੱਲਾ ਜੀ, ਜ਼ਬਰਦਸਤ ਹੈ। ਅੱਗੇ ਕਿਆ ਕੋਈ ਪ੍ਰੋਗਰਾਮ ਹੈ? ਪੜ੍ਹਨੇ ਨੇ ਪ੍ਰੋਗਰਾਮ ਹੈ ਕੋਈ? ਅੱਛਾ ਮਾਸ਼ਾਅੱਲਾ ਜੀ, ਬਹੁਤ ਜ਼ਬਰਦਸਤ ਹੈ। ਮਾਲ ਮਵੇਸ਼ੀ ਰੱਖੇ ਨੇ? 3-5 ਆਗ ਜੀ। ਅੱਛਾ, ਤਾਂ ਮੰਝੀਆਂ ਕਿਤੀਆਂ ਆਈਆਂ? ਮੰਝੀਆਂ ਇੱਕ ਦੋ ਆਗ ਤੀਆਂ ਜੀ। ਅੱਛਾ, ਤਾਂ ਬੱਕਰੀਆਂ? ਬੱਕਰੀਆਂ 4-5 ਤੀਆਂ। ਅੱਛਾ ਅੱਛਾ, ਤਾਂ ਮਾਸ਼ਾਅੱਲਾ ਜ਼ਬਰਦਸਤ ਹੈ। ਕਿਆ ਗੱਲ, ਕੋਈ ਕਰੋਨਾ ਦੀ ਵਜ੍ਹਾ ਸੀ ਕੋਈ ਕਾਲਜ ਸਕੂਲ ਬੰਦ ਹੈ ਜਾਂ ਕੋਈ ਵੈਸੇ ਨਾ ਜਾਣੇ ਤੁਸੀਂ?
जी वैसे ही ना जाने। अच्छा जज़ाकल्लाह जी। अच्छा माशाल्लाह जी असा भाई असाम होर की कोई माल मवेशी भी नालों नाल दसने भाई असाम होर भी उनको माल मवेशी चारी मुड़े तो नाल असा कोई ड्रोन शॉट भी चाहिए तो भाई असाम केड़े वेले ना माल मवेशी चारने हो बस वही है जी जनाब घंटा। अच्छा तो हूँ सौंकी एक और निके जे भाई और दसने जी क्या नाथ सोना अब्दुल आहद तो कितनी पढ़ने हो चौथी पढ़ने हो माशाल्लाह जी जबरदस्त तो केड़ी जगह स्कूल आप सोना। अच्छा अब्दुल आहद होर स्कूल असम सौंकी जी दसने माशाल्लाह बड़ा जबरदस्त स्कूल आ ते बड़ी अच्छी लोकेशन पर वाकया आ तुसा की नजर रखना पाया अब्दुल आहद स्कूल ते हुण तुसा की असा थोड़ा जा इन्हां दी कोई इत्थे मंझियां दो चरनियां सी वह भी मैं दसी छोड़ी है अगर ना दसियां तो अच्छा नहीं होगा तो नाल इन्हां दी भेड़ां भी दसने ते आई हो तो तुसा की कोई थोड़ियां जिहियां भेड़ां भी इन्हां दी दसने ते नाल मंझियां दसने। अच्छा भाई असम और अब्दुल आहद होर अपनियां बकरियां तो माल चारने
तो नाल इतने कट्ठे पर नज़ारे करने एरिया भी दसने माशाला इसकी तरखत्याड़ा आख्या जनो तो बड़ा खूबसूरत एरिया है भी तो इसने नाले नाले कंगेतरानी रोड भी जानी है तो यह पार सामने साढ़े एक बहुत ही प्यारे दोस्त चौधरी खालिद साहब हाल मुकीम दुबई तो उन्होंने घर भी सुखी नज़र रखना पिया उसी तो अज असा यह वीडियो स्पैशल चौधरी खालिद वास्ते बनाई है मैं हाँ उन्होंने जो घर है वह भी उसी आया जाए माशाला वह भी अपने घर की तकन तो एक बार खुश हो क्योंकि अज शाम टाइम सा तो असा उऐ जी कवर इतना कर सके लेकिन कोशिश की ओवरऑल इसकी अच्छे तरीके कवर करने नहीं था बुला मंजर भी सौंकी नज़र रखना पाया उसी पक्की रोड नाल पलूती रोड रखनी है तो नाल कंगेतरानी रोड रखनी है तो थले तो बुन सौ तकने सौ रोड कोई बाइक भी जानी है ठीक है तो माशाला ए पार जरा एरिया ये तरखत्याड़े न एरिया ठीक है ये भी सौंकी नज़र रखना पाया उसी ठीक है यार कुधर इधर फिरने वेरा हाँ तो कितनी देर ने चारने हो घंटा कोई आता मौसम शौसम जरा कैसा आता क्या कुछ ने बारे चखने हो जी आज मौसम ठीक है गर्मी होगी है गर्मी ज्यादा पड़ी अच्छा क्या नहीं हो गर्मी होगी है काफ़ी जी हाँ माशाल्लाह जी आज दिन तो वैसे है काफ़ी जबरदस्त चढ़िया सा तो अल्लाह करे तो गर्मी वह जी थोड़ी सर्दी तंग आई गई सर्दी च तुसें गर्मी पसंद है सर्दी गर्मी पसंद है जी गर्मी पसंद है जी तो हाँ जी अब्दुल आखिर साहब तुसें क्या पसंद है गर्मी पसंद है पुलिस कोल जाने ना दिल करना कोई नहीं खास नहीं करना जी अच्छा क्यों मसलन मास्टर मारने इस वजह थी जी हां चलो मास्टर पर भी उन पाबंदी लगने लिए तो अल्लाह करे सो स्कूल जाओ तो खुश होता जाओ है वेलकम बैक नजरी उम्मीद करने के जना व्लॉग सुखी पसंद आया उसी तो अपनी कीमती राय ना असं की भी जरूर आगा करे क्या जना व्लॉग सुखी क्या लगा क्योंकि आज असं सराड़ा ग्राउंड ही चाहिए ग्राउंड ही कोई बहुत ही ज़्यादा फरमाइश थी तो जिस वजह से असं इतना कोई ड्रोन शॉट की देता है नाले भाई असामों भी गप होगी नाले अब्दुल आखदरों नाल भी गप होगी भी कोई छोटा जा बच्चा सा इतना तो माल मवेशी चारने से उम्मीद करने के जन व्लॉग सुखी पसंद है तो काफ़ी इस ड्रोन शॉट है तो अपनी कीमती राय ना भी असं की जरूर आगा करे क्या जना व्लॉग सुखी क्या लगा तो ठीक है फिर मिलसा अगले व्लॉग ही अल्लाह सुनने वाला है।